ਖਾੜੇ ਬਾਹਰ ਤੋੜਿਆ ਇਹਨਾਂ ਨੇ ਆ ਦੂਰੀ ਬਾਰ ਆਏ ਨੇ ਫੜਨ ਇੱਕ ਟਮਾਰੀ ਉੱਤੇ ਕੋਠਰੇ ਪਰਵਿੰਦਰ ਸਿੰਘ ਝੋਟਾ ਕੌਣ ਹੈ ਜਿਸ ਨੇ ਕਿ ਨਸ਼ਾ ਤਸਕਰਾਂ ਨੂੰ ਭਾਜੜਾ ਪਾਈਆਂ ਹੋਈਆਂ ਨੇ ਇੱਥੋਂ ਦਾ ਰਹਿਣ ਵਾਲਾ ਹੈ ਪਰਵਿੰਦਰ ਸਿੰਘ ਝੋਟਾ ਤੇ ਨਸ਼ੇ ਦੀ ਦਲਦਲ ਚੋਂ ਕਿਸ ਤਰ੍ਹਾਂ ਨਿਕਲਿਆ ਤੇ ਉਸ ਦਾ ਨਾਮ ਝੋਟਾ ਕਿਵੇਂ ਪਿਆ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਬਹੁਤਾ ਸਮਾਂ ਨਾਲ ਲੈਂਦੇ ਹੋਏ ਵੀਡੀਓ ਕਰਦੇ ਆ ਜੀ ਸ਼ੁਰੂ ਪਰਵਿੰਦਰ ਸਿੰਘ ਝੋਟਾ ਮਾਨਸਾ ਪੰਜਾਬ ਦਾ ਰਹਿਣ ਵਾਲਾ ਹੈ ਬਚਪਨ ਤੋਂ ਹੀ ਉਸ ਦਾ ਸਰੀਰ ਸਡੌਲ ਅਤੇ ਤਾਕਤਵਰ ਸੀ ਜਿਸ ਕਰਕੇ ਉਸ ਦਾ ਨਾਮ ਝੋਟਾ ਪੈ ਗਿਆ ਜਦੋਂ ਪਰਵਿੰਦਰ ਸਿੰਘ ਝੋਟਾ ਵੱਡਾ ਹੋਇਆ ਤਾਂ ਬੌਕਸਿੰਗ ਦਾ ਉਹ ਬਹੁਤ ਵਧੀਆ ਖਿਡਾਰੀ ਬਣਿਆ ਤੇ ਕ੍ਰਿਕਟ ਦਾ ਵੀ ਉਹ ਬਹੁਤ ਵਧੀਆ ਖਿਡਾਰੀ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿੰਡਾਂ ਵਿੱਚ ਤਾਂ ਝਗੜੇ ਚੱਲਦੇ ਹੀ ਰਹਿੰਦੇ ਨੇ ਤੇ ਕਿਹਾ ਜਾਂਦਾ ਹੈ ਕਿ ਪ੍ਰਵਿੰਦਰ ਸਿੰਘ ਝੋਟੇ ਦਾ ਵੀ ਕਿਸੇ ਨਾਲ ਝਗੜਾ ਹੋ ਗਿਆ ਤੇ ਉਸ ਤੋਂ ਬਾਅਦ ਉਸ ਤੇ ਪਰਚਾ ਹੋ ਗਿਆ ਪ੍ਰਵਿੰਦਰ ਸਿੰਘ ਉਸ ਸਮੇਂ ਤੋਂ ਹੀ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਪਰ ਉਸ ਪਰਮਾਤਮਾ ਦੀ ਮਿਹਰ ਦੇ ਸਦਕਾ ਉਹ ਨਸ਼ੇ ਦੇ ਜ਼ਹਿਰ ਤੋਂ ਬਹੁਤ ਜਲਦੀ ਦੂਰ ਹੋ ਗਿਆ ਉਸ ਨੇ ਸੋਚਿਆ ਤੇ ਸਮਝਿਆ ਕਿ ਇਹ ਨਸ਼ਾ ਜ਼ਿੰਦਗੀ ਨੂੰ ਤਬਾਹ ਤੇ ਨਰਕ ਬਣਾ ਦਿੰਦਾ ਤੇ ਉਸ ਨੇ ਇਹ ਪ੍ਰਣ ਲਿਆ ਕਿ ਉਹ ਅੱਗੇ ਤੋਂ ਕਦੇ ਵੀ ਨਸ਼ਾ ਨਹੀਂ ਕਰੇਗਾ ਕਿ ਕਿਸੇ ਵੀ ਮਾਂ ਦੇ ਪੁੱਤ ਨੂੰ ਨਸ਼ੇ ਨਾਲ ਮਰਨ ਨਹੀਂ ਦੇਵੇਗਾ ਤੇ ਨਸ਼ੇ ਨੂੰ ਜੜੋਂ ਖਤਮ ਕਰ ਦੇਵੇਗਾ ਝੋਟੇ ਦੇ ਇੱਕ ਦੋਸਤ ਨੇ ਦੱਸਿਆ ਕਿ ਝੋਟਾ ਸਾਫ਼ ਦਿਲ ਦਾ ਇਨਸਾਨ ਹੈ ਤੇ ਉਸ ਨੂੰ ਪੈਸੇ ਦਾ ਵੀ ਕੋਈ ਲਾਲਚ ਨਹੀਂ ਹੈ ਤੇ ਉਹ ਇੱਕ ਆਮ ਜਿਹੀ ਜ਼ਿੰਦਗੀ ਜਿਉਂਦਾ ਹੈ ਤੇ ਬਹੁਤ ਸਾਰੇ ਨਸ਼ਾ ਵੇਚਣ ਵਾਲਿਆਂ ਨੂੰ ਉਸ ਨੇ ਪੁਲਿਸ ਦੇ ਹੱਥ ਫੜਾਇਆ ਤੇ ਕਈਆਂ ਨੂੰ ਤਾਂ ਉਸ ਨੇ ਖੁਦ ਸਮਝਾ ਕੇ ਨਸ਼ੇ ਤੋਂ ਦੂਰ ਕੀਤਾ ਤੇ ਇਹ ਚੰਗਾ ਕੰਮ ਕਰਨ ਦਾ ਉਸ ਨੂੰ ਇਹ ਸਿਲਾ ਮਿਲਿਆ ਕਿ ਪੁਲਿਸ ਧੱਕੇ ਨਾਲ ਉਸ ਨੂੰ ਘਰੋਂ ਚੱਕਣ ਲਈ ਆ ਗਈ ਤੇ ਚੱਕ ਕੇ ਵੀ ਲੈ ਗਈ ਤੇ ਪ੍ਰਵੀਂਦਰ ਸਿੰਘ ਝੋਟਾ ਇਹ ਕਹਿੰਦਾ ਇਹਾਂ ਕਿ ਜੇ ਮੈਨੂੰ ਥਾਣੇ ਵਿੱਚ ਵੀ ਬੁਲਾਉਂਦੇ ਤਾਂ ਮੈਂ ਆ ਜਾਣਾ ਸੀ ਇਸ ਤਰ੍ਹਾਂ ਘਰੋਂ ਚੱਕਣ ਦਾ ਕੋਈ ਵੀ ਮਤਲਬ ਨਹੀਂ ਹੈ ਪਰਵਿੰਦਰ ਸਿੰਘ ਦੇ ਝੋਟੇ ਨੇ ਮੈਡੀਕਲ ਵਿੱਚ ਇੱਕ ਵਿਅਕਤੀ ਵੱਲੋਂ ਨਸ਼ਾ ਵੇਚਣ ਤੇ ਉਸ ਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਉਸ ਦਾ ਜਲੂਸ ਕੱਢਿਆ ਪਰਵਿੰਦਰ ਸਿੰਘ ਦਾ ਝੋਟਾ ਕਿਸੇ ਵੀ ਸਰਕਾਰ ਨੂੰ ਸਪੋਰਟ ਨਹੀਂ ਕਰਦਾ ਪਰ ਉਸ ਨੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤੀ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਨਸ਼ਾ ਨੂੰ ਖਤਮ ਕਰ ਦੇਵੇਗੀ ਪਰ ਉਸ ਨੂੰ ਪਤਾ ਲੱਗਿਆ ਕਿ ਇਹ ਸਰਕਾਰ ਵੀ ਨਸ਼ੇ ਨੂੰ ਖਤਮ ਨਹੀਂ ਕਰ ਸਕੀ ਤੇ ਇਸੇ ਕਰਕੇ ਉਸਨੇ ਆਪ ਹੀ ਨਸ਼ਾ ਤਸਕਰਾਂ ਨੂੰ ਸਿੱਧੇ ਕਰਨ ਦਾ ਫੈਸਲਾ ਕੀਤਾ ਤੇ ਹੁਣ ਉਹ ਪੰਜਾਬ ਵਿੱਚ ਨਸ਼ਿਆਂ ਨੂੰ ਖਤਮ ਕਰਨ ਲਈ ਮੈਦਾਨ ਵਿੱਚ ਉਤਰ ਚੁੱਕਿਆ ਤੇ ਸਾਰਾ ਮਾਨਸਾ ਤੇ ਪੰਜਾਬ ਉਸ ਦੀ ਫੁੱਲ ਸਪੋਰਟ ਕਰ ਰਿਹਾ ਤੁਸੀਂ ਵੀ ਪ੍ਰਵੀਂਦਰ ਸਿੰਘ ਝੋਟੇ ਦੇ ਨਾਲ ਹੋ ਜਾਂ ਨਹੀਂ ਕਮੈਂਟਾਂ ਵਿੱਚ ਸਾਨੂੰ ਜਰੂਰ ਦੱਸਿਓ ਹੋਰ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ